दोस्तों मैं अमरजोत सिंह बोलिया। शाम दे 7:30 बज चुके हैं इत्थे एडमिंटन ते अज क्रिसमस दा दिहाड़ा है ते मेरी लाइन जुड़ चुकी है हरविंदर सिंह नाल जिहड़े इंडिया तो कॉल कर रहे हैं। ते हरविंदर सिंह दा इंटरव्यू आया अजकल स्पाउस वीज़ा काफ़ी आ रहे हैं, हर एक हफ्ते किसी न किसी की अजकल स्केड्यूल हुई है स्पाउस वीज़ा इंटरव्यू। स्पाउस वीज़ा के बारे कई लोगों का ख्याल है यूट्यूब या गूगल वाला तो फेसबुक ग्रुप से लोगों ने कई अपनी इन्फॉर्मेशन पाई हुई है कि भाई आप पूछा जा रहा जी वो पूछते हैं जी फलाना पेपर लेके जाओ आ करके जाओ करके जाओ। आप हम रियल जिहड़े एक इंटरव्यू तो लौट कर आए हुए हैं हरविंदर सिंह उन्होंने पूछते हैं कि भी की पूछा गया तो उन्होंने तो फीडबैक लेने कि भी हो की रहा है अजकल। हरविंदर सिंह मेरी आवाज़ तुहानू आ रही है प्रॉपर? हाँ जी सर, हाँ जी सर। थैंक यू वेरी मच। दसोगे अपना एज मच एज पॉसिबल अपनी प्राइवेसी, तुसी ज़्यादा इन्फॉर्मेशन नहीं दसनी अपने फैमिली के बारे, पर मोटा मोटा जरा एक जो एक मसला है ताड़े जिहड़े स्पाउस वीज़ा तुसी ताड़े वाइफ ऑलरेडी कैनेडा बैठे हैं ते तुसी बैठे हो इंडिया ते तुसी उन स्पाउस वीज़ा ताड़ा इंटरव्यू आया करेक्ट आया सी हुण जरा इंटरव्यू हो चुका है। आवाज आ रही है हरविंदर? हाँ जी सर आ रही है जी। किन्नी बार पहला रिफ्यूज हो चुका है स्पाउस वीजा ਤੁਹਾਡਾ ਜਿਹੜਾ ਇਹ ਇੰਟਰਵਿਊ ਆਈ ਹੈ? ਹਾਂ ਜੀ ਸਰ ਪਹਿਲਾਂ ਤਿੰਨ ਵਾਰ ਥ੍ਰੀ ਟਾਈਮਸ ਵੀਜ਼ਾ ਰਿਫਿਊਜ਼ ਹੋ ਚੁੱਕਿਆ ਪਹਿਲਾਂ ਤੇ ਉਹ ਜਿਹੜੇ ਥ੍ਰੀ ਟਾਈਮਸ ਜਿਹੜੇ ਵੀਜ਼ਾ ਐਪਲੀਕੇਸ਼ਨ ਤੁਸੀਂ ਲਗਵਾਈ ਸੀ ਉਹ ਕਿਸੇ ਲਾਇਰ ਤੋਂ ਕੈਨੇਡਾ ਦੇ ਲਾਇਰ ਜਾਂ ਇੰਡੀਆ ਤੋਂ ਲਾਇਰ ਤੋਂ ਕੰਸਲਟੈਂਟ ਲਗਵਾਈ ਸੀ ਆਪਣੇ ਆਪ ਹੀ ਤੁਸੀਂ ਫਾਈਲ ਕਰਦੇ ਸੀ? ਨਹੀਂ ਸਰ ਕੈਨੇਡਾ ਤੋਂ ਹੀ ਲਗਵਾਈ ਸੀ। ਕੈਨੇਡਾ ਤੋਂ ਲਗਵਾਈ ਸੀ। ਸੋ ਆਹ ਜਿਹੜਾ ਇੰਟਰਵਿਊ ਆਇਆ ਤੁਹਾਡਾ ਇਸ ਵਾਰ ਜਿਹੜਾ ਤੁਸੀਂ ਇੰਟਰਵਿਊ ਦੇ ਕੇ ਆਏ ਹੋ ਜਿਹੜੇ ਵੀ ਕੰਸਲਟੈਂਟ ਲਾਇਰ ਨੇ ਫਾਈਲ ਲਗਵਾਈ ਸੀ ਉਹਨਾਂ ਨੇ ਤੁਹਾਡੀ ਇੰਟਰਵਿਊ ਦੀ ਤਿਆਰੀ ਨਹੀਂ ਕਰਾਈ? ਉਹਨਾਂ ਨੇ ਤੁਹਾਨੂੰ ਦੱਸਿਆ ਕੁਝ ਟਿਪਸ ਵਗੈਰਾ ਕਿ ਕਿਵੇਂ ਤੁਸੀਂ ਫੇਸ ਕਰਨਾ ਇੰਟਰਵਿਊ ਵਿੱਚ ਕੀ ਪੁੱਛਿਆ ਜਾਏਗਾ? ਨਹੀਂ ਸਰ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਐਂਡ ਸਕੂਲ ਭਾਅ ਜੀ ਦਾ ਜਿਨ੍ਹਾਂ ਨੇ ਬਹੁਤ ਮਤਲਬ ਕਿ ਬਹੁਤ ਮਿਹਨਤ ਕਰਵਾਈ ਹੈ ਮੇਰੇ ਇੰਟਰਵਿਊ ਦੇ ਲਈ, ਜਿਹਦੇ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਜੀ। ਅਤੇ ਬਾਕੀ ਫਿਰ ਉਹਨਾਂ ਦੀ ਗੱਲ ਸਰ, ਉਹਨਾਂ ਨੇ ਮੈਨੂੰ ਦੱਸਿਆ ਥੋੜ੍ਹਾ ਬਹੁਤ ਮਤਲਬ ਕਿ ਨੋਰਮਲ ਮਾੜਾ ਮੋਟਾ ਜੀ ਸੀਗਾ। अच्छा प्रॉपर पूरी मतलब कोई ट्रेनिंग टाइप कोचिंग वाला प्रैक्टिस एवे नहीं कराया कुछ? ठीक है, थोड़ा थोड़ा बहुत दसोगे कि भी तुहाड़ी मैरिज मैरिज कदों हुई है ते फिर वीजा थोड़ा जा शुरू कर दें कि भी तुहाड़ी मैरिज एज मच एज यू कैन जितना तुसी कह सकते हो मैरिज तुहाड़ी केड़े साल महीने च हुई है? मैरिज सर मेरी 5/12/2018 नु हुई है, 5 दिसंबर नु। 5 दिसंबर 2018 नु 2018 ਠੀਕ ਹੈ। ਇਸ ਆ ਜਿਹੜੀ ਕੋਈ ਅਰੇਂਜ ਮੈਰਿਜ ਸੀਗੀ ਜਾਂ ਲਵ ਮੈਰਿਜ ਆ, ਕਿਸ ਤਰ੍ਹਾਂ ਤੁਸੀਂ ਮਤਲਬ ਕਾਫੀ ਚਿਰ ਤੋਂ ਜਾਣਦੇ ਸੀ ਜਾਂ ਅਰੇਂਜ ਮੈਰਿਜ ਇੱਕਦਮ ਹੋ ਗਈ? ਅਰੇਂਜ ਮੈਰਿਜ ਸਰ। ਅਰੇਂਜਮੈਂਟ ਤੁਸੀਂ ਮਤਲਬ ਕਿ 5 ਦਸੰਬਰ ਤੋਂ ਪਹਿਲਾਂ ਮਤਲਬ ਕਿੰਨਾ ਟਾਈਮ ਪਹਿਲੇ ਇੱਕ ਦੂਜੇ ਨੂੰ ਤੁਸੀਂ ਮਿਲੇ ਉਹ ਕਿ ਫਿਰ ਇਹ ਮੈਰਿਜ ਹੋ ਗਈ? ਸੋਰੀ ਦੀਦੀ ਤੁਹਾਡੀ ਆਵਾਜ਼ ਕਲੀਅਰ ਨਹੀਂ। ਅਗਸਤ ਕਿਹਾ ਤੁਸੀਂ? ਹਾਂਜੀ ਹਾਂਜੀ ਸਰ 12 ਅਗਸਤ। ਹਾਂ ਬਸ ਇਹ ਠੀਕ ਹੈ, ਇਹ ਤੁਸੀਂ ਕੋਲ ਲਾ ਲਓ ਮੂੰਹ ਬਸ ਇਹ ਲਾ ਲਓ ਜਿਹੜਾ ਜਿਹੜੀ ਮਾਈਕਰੋਫੋਨ। ਅੱਛਾ ਅਗਸਤ ਵਿੱਚ ਤੁਹਾਡੀ ਇੰਗੇਜਮੈਂਟ ਹੋਈ ਹੈ? ਹਾਂਜੀ ਹਾਂਜੀ ਸਰ। ਅੱਛਾ ਜਿਹੜੇ ਆਪਣੇ ਤੁਹਾਡੇ ਜਿਹੜੇ ਪਹਿਲਾਂ ਤੁਸੀਂ ਕਿਹਾ ਕਿ 3 ਟਾਈਮਸ ਰਿਫਿਊਜ਼ਲ ਤੁਹਾਡੀ ਆਈ ਹੈ, ਉਹਦੇ ਵਿੱਚ ਰੀਜ਼ਨ ਕੀ ਲਿਖਿਆ ਸੀ ਉਹਨਾਂ ਨੇ ਕਿ ਕਾਹਤੋਂ ਰਿਫਿਊਜ਼ਲ ਅਸੀਂ ਕਰ ਰਹੇ ਹਾਂ? ਕਿਹੜਾ ਸੈਕਸ਼ਨ ਤੁਹਾਨੂੰ ਇਹ ਚੇਤਾ ਹੈ? ਤੁਹਾਨੂੰ 200 ਸੈਕਸ਼ਨ ਹੈ, 205 ਸਮਥਿੰਗ ਇਸ ਤਰ੍ਹਾਂ ਯਾਦ ਹੈ? ਹਾਂਜੀ ਹਾਂਜੀ ਸਰ 201 ਅਤੇ 205 ਲੱਗਿਆ ਸੀਗਾ ਜੀ। 200-1 ਤੇ 205 ਦੋਨੋਂ ਲੱਗੇ ਹੈ, ਦੈਟਸ ਗੁੱਡ। ਸੋ ਇੱਥੇ ਤੇ ਇੱਕ ਗੱਲ ਸਾਫ਼ ਹੈ ਕਿ ਵੀ ਤੁਸੀਂ ਮੈਰਿਜ ਦੇ ਬਾਅਦ ਹਸਬੈਂਡ ਵਾਈਫ ਇਕੱਠੇ ਜ਼ਿਆਦਾ ਤਾਂ ਨਹੀਂ ਰਹੇ, ਅਤੇ ਜਦੋਂ ਸਟੱਡੀ ਵੀਜ਼ਾ ਜਦੋਂ ਉਹਨਾਂ ਦਾ ਲੱਗਿਆ ਅਤੇ ਮੇਰੇ ਖਿਆਲ ਜਨਵਰੀ 2019 ਵਿੱਚ ਆ ਗਏ ਹੋਣੇ ਸ਼ਾਇਦ, ਮੇਰੇ ਖਿਆਲ ਜਾਂ ਦਸੰਬਰ 'ਚ ਹੀ ਆ ਗਏ। ਦਸੰਬਰ 'ਚ ਆ ਗਏ ਸੀ। ਠੀਕ ਹੈ, ਸੋ 2019-2020 ਜਿਹਦੇ ਵਿੱਚ ਕੋਵਿਡ ਆ ਗਿਆ ਅਤੇ ਹੁਣ 2021 ਤੇ ਤੁਹਾਨੂੰ ਤੁਹਾਡੇ ਵਾਈਫ ਤੁਹਾਨੂੰ ਕਿੰਨੀ ਵਾਰ ਮਿਲਣ ਆਏ ਇੰਡੀਆ? ਮੈਨੂੰ ਇੱਕ ਵਾਰ ਮਿਲਣ ਆਏ। ਜਸਟ 1 ਟਾਈਮ? ਹਾਂਜੀ। ਅੱਛਾ ਤੇ ਫਿਰ ਕਿੰਨਾ ਟਾਈਮ ਤੁਸੀਂ ਇਕੱਠੇ ਰਹੇ, ਮਤਲਬ ਤੁਸੀਂ ਰਹੇ ਆਈ ਹੈ ਤੁਹਾਡੇ ਕੋਲ ਕਿੰਨਾ ਟਾਈਮ ਰਹੀ ਹੈ? ਸਰ 23-24 ਦਿਨ। ਅੱਛਾ 24 ਦਿਨ, ਠੀਕ ਹੈ।
ठीक है, वह भी कुछ ज़्यादा ज़्यादा नहीं है, ठीक है। सो ताड़े तीन बार रिफ्यूज़ हो गए, तीनों पिछे सेम सैक्शन लग गया सी या कुछ होर भी सैक्शन, तीनों सेम है। अच्छा, क्या मैं ताड़े तो पूछ सकता है कि भाई तुसी कर दे की हो पंजाब, ताड़ा की कोई एग्रीकल्चर बिजनेस है, अपनी जॉब कर दे हो, की कर दे हो, की हो? हाँ जी सर, मेरा एग्रीकल्चर तो बिजनेस है, मेरा डेयरी फार्म है। डेयरी फार्म भी है, एग्रीकल्चर भी है, ठीक है, ठीक है। सो क्योंकि इन्होंने सेक्शन सेक्शन 201 भी लाया है, दैट मीनस कि तुहाडे जरूर इनकम वगैरह दे विच कुछ घाटा है जरूर, या फंड्स वगैरह नहीं शो हो गए, या कुछ ना कुछ प्रॉब्लम जरूर है। 205 दा सेक्शन यह है कि भी असी तुहाडे जिहड़ी मैरिज दी इंटेंशन नाल असी सैटिस्फाइड नहीं आ कि भी मैरिज जेन्युइन है अकॉर्डिंग टू आर फूड, दैट्स ओके। हुण तुसीं दसो कि भी जब तुसीं इंटरव्यू लई गए उत्थों शुरू करो कि जब तुसीं एम्बेसी पहुंचे किदां तुसीं एंटर करके किदां उत्थों दसो कोई फीडबैक की होया अंदर? माइक्रोफोन नूं हाथ ना फड़ लिओ तुसीं, हां बस इस तरह, हुण ठीक है, हां जी हुण सही होंगे जी, हुण बहुत अच्छे है, बस हां हुण ठीक है। हां जी सर, मैं क्या पहला मैं जदों अंदर गया जी ते जान सर, मैं पहला उन्होंने वीजा ऑफिसर नूं रिक्वेस्ट की थी, मैनूं दस्या सी सुखमन भाजी ने जी, जी ते मैं क्या सर मेरी वाइफ ने भी आना सी, मैं क्या कई कारण करके आ नहीं सके, आप अगे डिस्कस करांगे, पर मैं क्या उन्हां दा फोन नंबर मैं क्या इन्ना तुसीं नोट कर लो, तुसीं उन्हां नूं कॉल कर सकदे हो। जी जी हाँ जी, वो कहिंदे कोई चक्कर, उन्हां ने कहिंदे कोई गल नहीं, नंबर उन्हां ने नोट नहीं किया जी। जी वीजा वीजा ऑफिसर, वीजा ऑफिसर गोरा सिगा या इंडियन ऑफिसर सिगा, इंडियन ओरिजिन दा? इंडियन सी सर, इंडियन ओरिजिन, ओके ठीक है, ठीक है। फिर हाँ जी, उस तो बाद सर मेरा उन्होंने पासपोर्ट मांगे जी, जिससे मैं स्पोस अपना करवाया हुआ सी जी दोबारा जी, ते ओ मैं तो उन्होंने ओ पासपोर्ट मांगे, उस तो बाद मैंने कहते पुराना पासपोर्ट दे दो, मैं वो भी देता जी। जी उस तो बाद उन्होंने मेरी मैरिज बारे पूछा, मैंने कहते मैरिज कदों हुई, मैं दसता उन्होंने जी मैरिज डेट दसती। जी हाँ जी, फिर अगे बस क्वेश्चन हो गए शुरू सर साढ़े जी। जी इमीग्रेशन हिस्ट्री पुछी होनी कि भी किन्नी बार रिफ्यूज हुए या कदों तुहाडी मैरिज हुई, किन्ना चिर तुसीं इकट्ठे रहे, ये जरूर पुछिया होना? हाँ जी हाँ जी, सारे क्वेश्चन सारे पुछे, उन्होंने कहते मैरिज कदों हुई, मैं जी इन्नी तरीक कहते कदों कनेडा आ गए थी तुहाडी वाइफ, वो भी उन्होंने पुछा किन्ने दिन इकट्ठे रहे, एंड उस तो बाद कहते वापस तुहानू मिल के गई है, मैं हाँ जी, एलबम वगैरह सारी दे सारिया उन्होंने फरोलतियां जी, कहते आफ्टर मैरिज पिक्स दे दो, वो भी देती हैं जी सारे दे, मतलब कि सारी उन्होंने स्टडी, उन्होंने कोर्स नेम केड़ा सी उन्होंने, मैं कोर्स दसता जी, तो किन्नी जी पी ए सी उन्होंने, वो भी दसती सर, कितने काम करते ने, एंड जॉब टाइटल की है उन्होंने, वो भी सर उन्होंने पूछा मेरे तो, एंड मेरे तो उन्होंने सर मतलब कि पूछा कहते इन्हें किन्ने पैसे बन जाते हैं मंथ दे साल दे सारा वो पूछे जी, पे रेट की है वो सारा सर मैं तो। हाँ जी, मैंने कहते फिर कहते कम कर दिए जान सर, मैंने कहते कम कर दिए, मैं हाँ जी, कहते उन्होंने उन्होंने पता तो है ही सी जी, मतलब कि फाइल लाई है उदों दी स्टडी तो कंप्लीट हो गई है, मैंने कहते उन्होंने पढ़ाई दे दो डॉक्यूमेंट एंड उन्होंने कम दे दो जॉब लेटर वगैरह जी, वो मैं उन्होंने दे। जी हाँ जी सर, दैट्स इट, दैट्स इट, और कुछ नहीं? हाँ बहुत कुछ पूछा जी, अद्धा घंटा पूछी गई मेरे तो, वो सर उन्होंने पूछा, हाँ जी उन्होंने पूछा मतलब कि भी काम ते मतलब कि काते जाते ने, मैं कही मैं 10 मिनटा दी वॉक उन्होंने घर तो, मैं उन्होंने उठी जाते ने जी। जी फिर हाँ जी हाँ जी, फिर मैं कहते मतलब कि भी कहते भी तुहाडी वाइफ कहते क्यों आई सी इंडिया, मैनू उलझाने की कोशिश करते, मैं कही सर मेरी वाइफ सी मैनू मिलने वास्ते आए सी, वो कहते उस तो बाद क्यों नहीं आ सके, मैं कहा जी वो लॉकडाउन तो पहले 2 महीने पहला गए ने मैंने मिल के, उस तो बाद मैं जी ट्रैवल वगैरह बंद हो गया, मैं बस हूँ उन्होंने अज भी आना सी, हूँ भी मेरे नाल ही आना सी, मैं हूँ उधर क्रिसमस दे पेज करके मैं काम तो छुट्टी नहीं मिली उन्होंने जी, एक दो कारण होर सी जिन्हां करके वो नहीं आ सके जी। जी जी जी, कोई इस तरह का सवाल जरा तुहानू आंसर नहीं पता, तुसी उलझ गए या कन्फ्यूज़ हो गए, तुहानू कहना पिया कि मैनू पता नहीं इस चीज़ का, कोई इस तरह का कोई सवाल? जी सर, मेरी सुखमन वीर ने मेरी तैयारी भी नहीं करवाती थी, मैं एक क्वेश्चन का भी उन्होंने मतलब कि वो मैंने उड़ा नहीं सकी, एक भी क्वेश्चन मतलब कि पता नहीं थी कभी, उन्होंने मैंने पूछा हो भी मैं उन्होंने ना दस सकया हूं। जी 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 जी, उन्होंने सर संतुष्टि इन्नी हो गई सी ना मेरे जान सारी, मैं इन्नी इन्नी संतुष्टि करवाती थी उन्होंने, मैंने पूछा उन्होंने
ਕਹਿੰਦੇ ਪਲੈਨਿੰਗ ਨਾਲ ਮੈਰਿਜ ਹੋਈ ਹੋਈ ਹੈ ਤੁਹਾਡੀ, ਕਹਿੰਦੇ ਆਇਲਸ ਕੀਤਾ, ਉਸ ਤੋਂ ਬਾਅਦ ਕਹਿੰਦੇ ਤੁਸੀਂ ਤੁਹਾਡੀ ਅੰਗੇਜਮੈਂਟ ਹੋਈ, ਅੰਗੇਜਮੈਂਟ ਹੋਈ ਕਹਿੰਦੇ ਉਸ ਤੋਂ ਬਾਅਦ ਤੁਸੀਂ ਨੇ ਫਾਈਲ ਲਾਈ, ਫਾਈਲ ਲਾਈ ਤੇ ਵੀਜ਼ਾ ਆਇਆ, ਵੀਜ਼ਾ ਆਉਣ ਤੋਂ ਬਾਅਦ ਕਹਿੰਦੇ ਮੈਰਿਜ ਕਰਵਾਈ ਜੀ। ਤੇ ਮੈਂ ਕਿਹਾ ਨਹੀਂ। ਮਾਈਕ੍ਰੋਫੋਨ ਕੋਲ ਰੱਖੋ ਆਪਣਾ, ਮਾਈਕ੍ਰੋਫੋਨ ਕੋਲ ਰੱਖੋ, ਹਾਂ ਬਸ, ਹਾਂ ਇਸ ਤਰ੍ਹਾਂ, ਹਾਂ ਹਾਂਜੀ ਸਰ। ਉਹ ਮੈਨੂੰ ਕਹਿੰਦੇ ਕਹਿੰਦੇ ਪਲੈਨਿੰਗ ਨਾਲ ਮੈਰਿਜ ਹੋਈ ਹੋਈ ਹੈ ਤੁਹਾਡੀ ਤਾਂ। ਮੈਂ ਉਹਨਾਂ ਨੂੰ ਮਤਲਬ ਕਿ ਜੋ ਮੈਨੂੰ ਵੀਰ ਜੀ ਨੇ ਤਿਆਰੀ ਕਰਵਾਈ ਸੀ ਸੁਖਮਨ ਵੀਰੇ ਨੇ ਜੀ, ਉਹ ਹਿਸਾਬ ਨਾਲ ਮੈਂ ਉਹਨਾਂ ਨੂੰ ਆਨਸਰ ਇੰਨੇ ਦਿੱਤੇ ਠੋਕ ਕੇ। ਮੇਰੇ ਤੋਂ ਉਹਨਾਂ ਨੇ ਬਾਅਦ ਵਿੱਚ ਚੈਟ ਤੱਕ ਵੀ ਨਹੀਂ ਮੰਗੀ ਜੀ, ਨਾ ਵੀਡੀਓ ਕਾਲ, ਸਕਰੀਨ ਸ਼ੋਟ, ਨਾ ਵਟਸਐਪ ਚੈਟ, ਕੁਛ ਵੀ ਨਹੀਂ ਮੰਗਿਆ ਮਤਲਬ ਕਿ ਮੇਰੇ ਤੋਂ ਜੀ। ਸੋ ਸੋ ਇੱਕ ਇੱਕ ਜਿਹੜਾ ਵੀਜ਼ਾ ਆਫੀਸਰ ਤੁਹਾਡੇ ਤੇ ਇੱਕ ਐਲੀਗੇਸ਼ਨ ਐਲੀਗੇਸ਼ਨ ਲਾ ਰਿਹਾ ਕਿ ਬਈ ਇਹ ਤੁਸੀਂ ਪਲੈਨਿੰਗ ਨਾਲ ਮੈਰਿਜ ਕੀਤੀ, ਵੀ ਤੁਸੀਂ ਕੈਨੇਡਾ ਜਾਣ ਲਈ ਮੈਰਿਜ ਕੀਤੀ, ਤੇ ਤੁਹਾਡਾ ਜਵਾਬ ਕੀ ਸੀ ਇਹਦੇ ਬਾਰੇ, ਕੀ ਤੁਹਾਡਾ ਜਿਹੜਾ ਸ਼ਾਰਟ ਆਨਸਰ ਕੀ ਸੀ? ਨਹੀਂ ਸਰ, ਮੈਂ ਕਿਹਾ ਜੀ ਵੀਜ਼ੇ ਨਾਲ ਤਾਂ ਸਾਡਾ ਕੋਈ ਤਾਲੁਕਾਤ ਨਹੀਂ ਸੀਗਾ, ਸਾਡੇ ਕਲਚਰ ਦੇ ਵਿੱਚ ਇੱਦਾਂ ਹੀ ਹੁੰਦਾ, ਸਾਡੀ ਅੰਗੇਜਮੈਂਟ ਹੋਈ, ਅਸੀਂ ਉਦੋਂ ਤੇ ਆਪਣਾ ਭੱਟੀ ਸਿੰਘ ਤੋਂ ਅਸੀਂ ਡੇਟ ਲੈ ਲਈ ਸੀ ਮੈਰਿਜ ਦੀ ਜੀ, ਅਸੀਂ ਗੁਰਦੁਆਰਾ ਸਾਹਿਬ ਜਾ ਕੇ ਦਿਨ ਕਢਵਾ ਲੈਣੇ ਹੁੰਦੇ, ਉਹ ਅੱਗੇ ਪਿੱਛੇ ਨਹੀਂ ਹੁੰਦਾ ਹੁੰਦਾ, ਵੀਜ਼ੇ ਨਾਲ ਇਹਦਾ ਕੋਈ ਤਾਲੁਕਾਤ ਨਹੀਂ ਸੀ ਸਰ, ਆਉਂਦਾ ਜਾਂ ਨਾ ਆਉਂਦਾ ਜੀ। ਹਾਂਜੀ ਹਾਂਜੀ ਜੀ ਜਿਹੜੇ ਆਪਣੇ ਜਿਹੜੇ ਪ੍ਰੂਫ ਤੁਸੀਂ ਲੈ ਕੇ ਗਏ ਹੋ, ਜਿਹੜੇ ਆਪਣੇ ਕਾਗਜ਼ ਪ੍ਰੂਫ ਫੋਟੋਗ੍ਰਾਫਰ ਲੈ ਗਏ ਹੋ, ਹੋਰ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਗਏ ਸੀ? ਡਾਕੂਮੈਂਟ ਸਰ ਉਹਨਾਂ ਦੇ ਮਤਲਬ ਕਿ ਜੋਬ ਦਾ ਹੋ ਗਿਆ, ਆਪਣਾ ਜੋਬ ਲੈਟਰ ਹੋ ਗਿਆ ਸਰ ਇੱਕ ਤਾਂ ਉਹਨਾਂ ਦਾ ਜੀ, ਇੱਕ ਪੇ ਸਟੈਪਾਂ ਹੋ ਗਈਆਂ ਸਰ ਉਹਨਾਂ ਦੀਆਂ ਜੀ, ਇੱਕ ਬੈਂਕ ਸਟੇਟਮੈਂਟ ਵਗੈਰਾ ਹੋ ਗਿਆ ਜੀ ਉਹਨਾਂ ਵੱਲੋਂ, ਤਾਂ ਇਹੀ ਸੀ, ਬਾਕੀ ਉਹਨਾਂ ਦੀ ਸਟੱਡੀ ਨਾਲ ਰਿਲੇਟਡ ਸੀ ਜੀ ਸਾਰੇ, ਟ੍ਰਾਂਸਕ੍ਰਿਪਟਾਂ ਹੋ ਗਈਆਂ ਜੀ, ਬਾਕੀ ਸਟੱਡੀ ਦੇ ਦਿੱਤੀ। ਹਾਂਜੀ ਜੀ, ਕੋਈ ਬਾਹਲੇ ਜ਼ਿਆਦਾ ਡਾਕੂਮੈਂਟ ਨਹੀਂ ਮੈਂ ਲੈ ਕੇ ਗਿਆ ਜੀ, ਪਹਿਲਾਂ ਦੇ ਕੋਈ ਆਫਰ ਉਫਰ ਲੈਟਰ ਵਗੈਰਾ ਕੁਛ ਨਹੀਂ ਲੈ ਕੇ ਗਿਆ ਜੀ। ਜੀ ਜੀ, ਜਿਹੜੇ ਆਪਣੇ ਤੁਹਾਡੇ ਇਨਕਮ ਦੇ ਬਾਰੇ, ਕੋਈ ਬਿਜ਼ਨਸ ਪ੍ਰੋਫੈਸ਼ਨ ਦੇ ਬਾਰੇ ਕੋਈ ਡਾਕੂਮੈਂਟ ਮੰਗੇ, ਉਹਨਾਂ ਨੇ ਦੇਖੇ ਜਾਂ ਕੋਈ ਕੋਈ ਇੰਟਰਸਟ ਦਿਖਾਇਆ? ਨਹੀਂ ਸਰ, ਕੋਈ ਉਹਨਾਂ ਨੇ ਬਾਹਲਾ ਨਹੀਂ ਪੁੱਛਿਆ ਮੇਰੇ ਤੋਂ, ਇੱਕ ਵਾਰ ਪੁੱਛਿਆ ਕਹਿੰਦੇ ਕੀ ਕਰਦੇ, ਮੈਂ ਸਰ ਐਗਰੀਕਲਚਰ ਐਂਡ ਡੇਅਰੀ ਫਾਰਮਿੰਗ ਦਾ ਮੇਰਾ ਕਾਰੋਬਾਰ ਹੈ ਜੀ, ਉਹ ਸਟੇਟਮੈਂਟ ਉਹਨਾਂ ਕੋਲ ਹੈਗੀ ਸੀ, ਉਹਦੇ ਵਿੱਚ ਮਤਲਬ ਕਿ ਮੇਰੇ ਖਾਤੇ 'ਚ ਪੈਸੇ ਵੀ ਆਉਂਦੇ ਸੀਗੇ ਦੁੱਧ ਦੀ ਜੀ, ਇੰਨੇ ਹੀ ਪੁੱਛਿਆ ਸਰ ਇਹਦੇ ਬਾਰੇ ਤਾਂ ਮੇਰੇ ਤੋਂ ਜੀ। ਜਦ ਇੰਟਰਵਿਊ ਇੰਟਰਵਿਊ ਚੱਲ ਰਿਹਾ ਸੀ, ਜਿਸ ਤਰ੍ਹਾਂ ਇੰਟਰਵਿਊ ਚੱਲ ਰਿਹਾ ਹੈ, ਤੇ ਇੰਟਰਵਿਊ ਦੇ ਦੌਰਾਨ ਤੁਹਾਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਜੋ ਫੇਸ ਐਕਸਪ੍ਰੈਸ਼ਨ ਹੈ ਵਗੈਰਾ ਹੈ, ਕਿ ਵੀ ਉਹ ਸੈਟੀਸਫਾਈਡ ਹੋ ਰਹੇ ਹੈ, ਕਿ ਉਹਨਾਂ ਦੇ ਡਾਊਟ ਕਲੀਅਰ ਹੋ ਰਹੇ ਹੈ ਹੌਲੀ ਹੌਲੀ? ਹਾਂਜੀ ਸਰ, ਲੱਗ ਰਿਹਾ ਸੀਗਾ ਜੀ, ਕਿਉਂਕਿ ਮੈਂ ਆਨਸਰ ਹੀ ਸਹੀ ਦੇ ਰਿਹਾ ਸੀਗਾ, ਉਹ ਵੀ ਪੂਰਾ ਐਨ ਗੌਰ ਨਾਲ ਐਵੇਂ ਮਤਲਬ ਕਿ ਸਿਰ ਵੀ ਹਿਲਾ ਰਿਹਾ ਸੀ ਵਿੱਚ ਆਫੀਸਰ ਵਿੱਚ ਵਿੱਚ। ਹਾਂਜੀ ਸਰ, ਮੈਂ ਤੁਹਾਨੂੰ ਆਨਸਰ ਦੇ ਰਿਹਾ। ਹੋਰ ਲੋਕਾਂ ਨੂੰ ਤੁਸੀਂ ਦੱਸੋ ਕਿ ਬਈ ਜੋ ਵੀਜ਼ਾ ਆਫੀਸਰ ਹੁੰਦੇ ਆ, ਜਿਹੜੇ ਇੰਟਰਵਿਊ ਆਫੀਸਰ ਹੁੰਦੇ ਆ, ਉਹ ਨਾਲ ਨਾਲ ਮਤਲਬ ਕਿ ਪੁੱਛੀ ਜਾ ਰਹੇ ਸੀ, ਨਾਲ ਨਾਲ ਟਾਈਪ ਕਰੀ ਜਾ ਰਹੇ ਸੀ, ਨੋਟ ਕਰੀ ਜਾ ਰਹੇ ਸੀ ਆਨਸਰ, ਆ ਕਿਵੇਂ, ਕਿਸ ਤਰ੍ਹਾਂ ਦੇ, ਥੋੜਾ ਮਾਹੌਲ ਤੜਾ ਦੱਸੋ ਤੜਾ। ਹਾਂਜੀ ਸਰ, ਜਦੋਂ ਮਤਲਬ ਕਿ ਮੈਂ ਇੰਟਰ ਹੋਇਆ, ਉਹਨਾਂ ਨੇ ਮੇਰਾ ਨਾਮ ਵਗੈਰਾ ਪੁੱਛਿਆ, ਤੇ ਮੇਰੇ ਤੋਂ ਪਾਸਪੋਰਟ ਵਗੈਰਾ ਮੰਗਿਆ, ਜੋ ਵੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਉਸ ਤੋਂ ਬਾਅਦ ਨਾਲ ਦੀ ਨਾਲ ਜੋ ਜੋ ਮੈਂ ਆਨਸਰ ਦੇਈ ਜਾਂਦਾ ਸੀਗਾ ਜੀ, ਮਤਲਬ ਕਿਉਂਕਿ ਮੈਂ ਤਾਂ ਹੁਣ ਤੁਹਾਨੂੰ ਤੇਜ਼ੀ 'ਚ ਦੱਸੀ ਜਾਂਦਾ, ਉਹ ਤਾਂ ਮੇਰੇ ਤੋਂ ਪੁੱਛਦੇ ਸੀਗੇ ਤੁਹਾਡੀ ਮੈਰਿਜ ਕਦੋਂ ਹੋਈ, ਮੈਂ ਉਹਨਾਂ ਨੂੰ ਡੇਟ ਦੱਸਣੀ, ਉਹਨਾਂ ਨੇ ਟਾਈਪ ਕਰਨੀ ਉਹ ਵੀ ਚੀਜ਼ ਜੀ, ਉਹਨਾਂ ਦਾ ਪੇ ਰੇਟ ਕਿੰਨਾ ਉਹ ਵੀ ਉਹਨਾਂ ਨੇ ਟਾਈਪ ਮਤਲਬ ਕਿ ਟਾਈਪ ਕਰਨਾ ਜੀ, ਸਾਰੀਆਂ ਚੀਜ਼ਾਂ ਜੋ ਜੋ ਮੇਰੇ ਤੋਂ ਉਹਨਾਂ ਨੇ ਪੁੱਛਿਆ ਸਾਰੀਆਂ ਦੀਆਂ ਸਾਰੀਆਂ ਗੱਲਾਂ ਜੀ ਉਹਨਾਂ ਨੇ ਟਾਈਪ ਕੀਤੀਆਂ ਜੀ। ਕੋਈ ਇਸ ਤਰ੍ਹਾਂ ਦਾ ਸਵਾਲ ਹੈ ਜਿਹੜਾ ਉਹਨਾਂ ਨੇ ਬਾਰ ਬਾਰ ਰਿਪੀਟ ਕਰਕੇ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਨੂੰ ਕਨਫਿਊਜ਼ ਕਰਨ ਲਈ ਦੁਬਾਰਾ ਪੁੱਛਿਆ? ਜੀ ਸਰ, ਸਟਾਰਟਿੰਗ ਦੇ ਵਿੱਚ ਮੈਰਿਜ ਨਾਲ ਰਿਲੇਟਡ ਹੀ ਪੁੱਛ ਰਹੇ ਸੀਗੇ, ਉਹ ਤੁਹਾਡੀ ਵਾਈਫ ਕਦੋਂ ਆਏ, ਕਿਉਂ ਆਏ, ਤੁਹਾਡੇ ਕੋਲ ਰਹੇ ਜਾਂ, ਪਰ ਮਤਲਬ ਕਿ ਸਰ ਮਤਲਬ ਕਿ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਮੇਰੀ ਤਿਆਰੀ ਉਹ ਇੰਨੀ ਕੁ ਕਰਵਾਈ ਹੋਈ ਸੀ ਵੀਰ ਜੀ ਨੇ, ਮਤਲਬ ਕਿ ਉਹ ਜਦੋਂ ਮੈਂ ਉਹਨਾਂ ਨੂੰ ਜੀ ਮਤਲਬ ਕਿ ਇੱਕ ਗੱਲ ਪੁੱਛਦੇ, ਮੈਂ ਤਿੰਨ ਦੱਸ ਦਿੰਦਾ, ਉਸ ਤੋਂ ਬਾਅਦ ਪਹਿਲਾਂ ਇੱਕ ਅੱਧੇ ਮਿੰਟ ਮਤਲਬ ਕਿ ਉਹਨਾਂ ਨੇ ਮੈਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਤਾਂ ਜੀ ਬਿਲਕੁਲ ਵੀ ਨਹੀਂ ਕੀਤਾ ਜੀ। ਐਲਬਮ ਫਰੋਲੀ, ਐਲਬਮ ਸਾਰੀ ਦੇਖੀ, ਤਿੰਨ ਐਲਬਮ ਸੀ ਮੇਰੇ ਕੋਲ, ਮੈਨੂੰ ਕਹਿੰਦੇ ਤਿੰਨ ਕਿਉਂ ਕਰਵਾਈਆਂ ਨੇ, ਮੈਂ ਕਿਹਾ ਜੀ ਇੱਕ ਐਲਬਮ ਬਾਹਲੀ ਵੱਡੀ ਹੋਈ ਤਾਂ ਕਰਕੇ ਅਸੀਂ ਤਿੰਨ ਕਰਵਾ ਲਈਆਂ ਜੀ 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 ਹਾਂਜੀ ਮੈਨੂੰ ਤੁਸੀਂ ਪਤਾ ਬਈ ਇਹ ਮੈਨੂੰ ਇਹ ਫੀਲ ਹੁੰਦਾ ਕਿ ਅਗਰ ਡੈਫੀਨੇਟਲੀ ਕਿ ਇਹ ਜਿਹੜੀ ਤੁਸੀਂ ਤਿਆਰੀ ਕਰਕੇ ਇੰਟਰਵਿਊ ਦੀ ਕੋਚਿੰਗ ਜਾਂ ਤਿਆਰੀ ਕਰਕੇ ਪ੍ਰੈਕਟਿਸ ਕਰਕੇ ਜੇ ਅਗਰ ਤੁਸੀਂ ਨਹੀਂ ਜਾਂਦੇ ਤਾਂ ਫਿਰ ਉੱਥੇ ਮਤਲਬ ਕੀ ਹਸ਼ਰ ਹੋਣਾ ਸੀ, ਕਿਵੇਂ ਤੁਸੀਂ ਤੁਹਾਨੂੰ ਮਤਲਬ ਤੁਸੀਂ ਸੋਚ ਸਕਦੇ ਸੀ ਕਿ ਬਈ ਇਹ ਇਹ ਇਸ ਤਰ੍ਹਾਂ ਦੇ ਸਵਾਲ ਆਉਣਗੇ ਅਤੇ ਮੇਰਾ ਜਵਾਬ ਇਹ ਹਾਜ਼ਰ ਜਵਾਬ ਇਹ ਹੋਏਗਾ? ਨੋ ਸਰ, ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਸੀ, ਜੇ ਅਸੀਂ ਇੰਟਰਵਿਊ ਦੀ ਤਿਆਰੀ ਕਰਕੇ ਨਾ ਜਾਂਦੇ ਸਰ, ਬਹੁਤ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਸਾਡਾ ਜੀ। ਕਈ ਵਾਰ ਲੱਗ ਸਕਦਾ, ਹਾਂ ਕਈ ਵਾਰ ਇੱਥੇ ਸਾਡੇ ਕੋਲ ਰੋਜ਼ ਕਾਲਸ ਆ ਰਹੇ ਹਾਂ ਅੱਜ ਕੱਲ੍ਹ, ਲੋਕਾਂ ਦੇ ਇੰਟਰਵਿਊ ਧੜਾ ਧੜਾ ਆ ਰਹੇ, ਪੁਰਾਣੇ ਜਿਹੜੇ ਸਪਾਊਸ ਵੀਜ਼ਾ ਕੇਸ ਹੈ, ਈਵਨ ਮੈਰਿਜ ਜਿਹੜੇ ਸਪੋਂਸਰਸ਼ਿਪ, ਜਿਹੜੇ ਫੈਮਿਲੀ ਸਪੋਂਸਰਸ਼ਿਪ, ਜਿਹੜੇ ਪੀ ਆਰ ਵਾਲੇ ਕੇਸ, ਉਹ ਵੀ ਆ ਰਹੇ।
ਹੁੰਦਾ ਇਹ ਕਿ ਵੀ ਕੰਸਲਟੈਂਟ ਕੋਈ ਹੋਰ ਹੈ ਜਿਨ੍ਹਾਂ ਨੇ ਫਾਈਲ ਲਾਤੀ ਕਾਲੀ ਕਾਲੀ ਵਿੱਚ ਲਾਤੀ ਜੀ, ਕੁਛ ਡਾਕੂਮੈਂਟ ਜੋ ਫੋਟੋ ਜੀ ਬਹੁਤ ਸਾਰੀਆਂ ਉਹਨਾਂ ਨੇ 10-15 ਫੋਟੋ ਲਾ ਕੇ ਸਰਦਾ ਜੀ ਹੋ ਗਿਆ ਜੀ। ਉਹ ਜਦ ਉਹਨੂੰ ਇੰਟਰਵਿਊ ਲੈਟਰ ਆਉਂਦਾ ਤਾਂ ਕੰਸਲਟੈਂਟ ਕਹਿੰਦਾ ਜੀ ਸਾਨੂੰ ਕੁਛ ਨਹੀਂ ਪਤਾ, ਤੁਸੀਂ ਆਪਣੇ ਆਪ ਪੜ੍ਹ ਕੇ ਦੇਖ ਲਓ, ਆਪਣੇ ਆਪ ਦੇਖ ਲਓ। ਉਹਨਾਂ ਨੇ ਤਿਆਰੀ ਵੱਲੋਂ ਕੋਈ ਧਿਆਨ ਨਹੀਂ ਦਿੰਦੇ, ਕੋਈ ਉਹਨਾਂ ਦੇ ਤਵੱਜੋ, ਕੋਈ ਅਟੈਂਸ਼ਨ ਉਹਨਾਂ ਦੇ ਤਿਆਰੀ ਵੱਲੋਂ ਨਹੀਂ ਹੈ। ਇੰਟਰਵਿਊ ਕੋਚਿੰਗ ਮੇਰੇ ਹਿਸਾਬ ਨਾਲ, ਤੁਸੀਂ ਵੀ ਹੁਣ ਦੇਖ ਕਰ ਆਏ ਹੋ ਕਿ ਇੰਟਰਵਿਊ ਕੋਚਿੰਗ, ਇੰਟਰਵਿਊ ਪ੍ਰੈਕਟਿਸ ਦੇ ਬਗੈਰ ਇਹ ਵੀਜ਼ਾ ਮਿਲਣਾ ਪੋਸੀਬਲ ਨਹੀਂ ਹੈ। ਹਾਂਜੀ ਸਰ, ਬਿਲਕੁਲ ਸਹੀ ਗੱਲ ਹੈ ਜੀ। ਉੱਥੇ ਬਿਨਾਂ ਤਿਆਰੀ ਤੋਂ ਜਾਣਾ ਇੰਟਰਵਿਊ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਖਤਰੇ ਤੋਂ ਖਾਲੀ ਨਹੀਂ ਹੈਗਾ ਜੀ। ਆਈ ਨੋ ਆਈ ਨੋ। ਇਨਫੈਕਟ ਕਿ ਤੁਸੀਂ 2-3 ਵਾਰ, ਸੋਰੀ, ਇਹ ਚੌਥਾ ਟਾਈਮ ਹੈ, ਇਹ ਤੀਸਰਾ ਟਾਈਮ ਹੈ, ਚੌਥਾ ਟਾਈਮ ਹੈ ਜੀ ਸਰ। ਇਹ ਚੌਥਾ ਹੈ, ਚੌਥਾ ਹੈ। 3 ਵਾਰ ਫੇਲ ਹੋਣ, ਮਤਲਬ 3 ਵਾਰ ਸੋਰੀ ਅਨਸਕਸੈਸਫੁਲ ਹੋਣ ਦੇ ਬਾਅਦ, ਮਤਲਬ ਕਿ ਅਗਰ ਉਹਨਾਂ ਨੇ ਇੱਕ ਇੰਟਰਵਿਊ ਤੁਹਾਨੂੰ ਕਾਲ ਕੀਤਾ ਹੈ ਤੇ ਇਹ ਮਤਲਬ ਇਹ ਕਰੋ ਜਾਂ ਮਰੋ ਦੀ ਸਿਚੁਏਸ਼ਨ ਹੈ, ਡੂ ਆਰ ਡਾਈ ਸਿਚੁਏਸ਼ਨ ਹੈ ਕਿ ਵੀ ਇਸ ਵਾਰ ਹੈ ਕਿ ਜੇ ਵੀਜ਼ਾ ਜੇ ਨਹੀਂ ਮਿਲਦਾ ਤੇ ਫਿਰ ਉਹਦੇ ਬਾਅਦ ਸਪਾਊਸ ਵੀਜ਼ਾ ਤਾਂ ਕੋਈ ਮਤਲਬ ਕੋਈ ਕਨਸੈਪਟ ਹੀ ਨਹੀਂ ਹੈ, ਫਿਰ ਤੇ ਉਹਦੇ ਬਾਅਦ ਮਤਲਬ ਕਿ ਵਾਈਫ ਨੇ PR ਅਪਲਾਈ ਕਰਨਾ, ਵਟਐਵਰ ਜੋ ਵੀ ਕਰਨਾ ਹੈ। ਤੇ ਇੱਕ ਚੀਜ਼ ਹੋਰ ਹੈ ਕਿ ਅਗਰ ਜੇ ਇੰਟਰਵਿਊ ਦੇ ਜਿਸ ਤਰ੍ਹਾਂ ਆਹ ਇੰਟਰਵਿਊ ਆਇਆ, ਅਗਰ ਇਸ ਇੰਟਰਵਿਊ 'ਚ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਤੇ ਭਾਵੇਂ ਤੁਸੀਂ ਅਗਲੀ ਵਾਰ ਫਿਰ ਕਰ ਲਓ ਸਪਾਊਸ ਵੀਜ਼ਾ ਅਪਲਾਈ ਕਰੋ, ਤੁਹਾਡਾ ਇੰਟਰਵਿਊ ਫਿਰ ਨਹੀਂ ਆਏਗਾ। ਬਹੁਤ ਹੀ ਰੇਅਰ ਸਰਕਮਸਟਾਂਸਿਸ ਹੁੰਦੇ ਆ ਕਿ ਵੀ ਇੰਟਰਵਿਊ ਦੁਬਾਰਾ ਬੁਲਾਈ ਜਾਏ। ਸੋ ਇੱਕ ਵਾਰ ਅਗਰ ਇੰਟਰਵਿਊ ਦੀ ਅਗਰ ਜੇ ਜੇ ਮੌਕਾ ਹੱਥ ਤੋਂ ਫਿਸਲ ਗਿਆ, ਫਿਰ ਦੁਬਾਰਾ ਇੰਟਰਵਿਊ ਨਹੀਂ ਆਏਗਾ। ਸੋ ਇੰਟਰਵਿਊ ਆਇਆ, ਬਹੁਤ ਖੁਸ਼ੀ ਦੀ ਗੱਲ ਹੈ ਕਿ ਇੰਟਰਵਿਊ ਵਿੱਚ ਮਤਲਬ ਕਿ ਲੋਕਾਂ ਨੂੰ ਇੱਕ ਆਪਣੀ ਗੱਲ ਸੁਣਾਉਣ ਦਾ ਇੱਕ ਇੱਕ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਤੇ ਉਹਦੇ ਨਾਲ ਤੁਸੀਂ ਆਪਣੀ ਆਪਣੀ ਜੈਨੂਇਨਨੈਸ ਦੇ ਜੋ ਵੀ ਤੁਹਾਡੇ ਕੋਲ ਸਬੂਤ ਹੈ ਰੱਖ ਸਕਦੇ ਹੋ। ਸੋ ਆਈ ਐਮ ਗ੍ਰੇਟਲੀ ਹੈਪੀ। ਤੇ ਜਦ ਇੰਟਰਵਿਊ ਖਤਮ ਹੋਇਆ ਤੇ ਫਿਰ ਵੀਜ਼ਾ ਆਫਿਸਰ ਨੇ ਤੁਹਾਨੂੰ ਮਤਲਬ ਕਿ ਫਾਈਨਲ ਤੁਹਾਨੂੰ ਮੈਸੇਜ ਦੱਸਦੇ ਆ ਕਿ ਵੀਜ਼ਾ ਲੱਗ ਗਿਆ ਕਿ ਕੀ ਕਹਿੰਦੇ ਤੁਹਾਨੂੰ, ਆਖਰੀ ਫਾਈਨਲ ਕੀ ਮੈਸੇਜ ਉਹਨਾਂ ਦਾ? ਨਹੀਂ ਸਰ, ਪਤਾ ਕੀ ਹੈ ਜੀ, ਵੀਜ਼ਾ ਜਦੋਂ ਮਤਲਬ ਕਿ ਜਦੋਂ ਮੇਰੀ ਇੰਟਰਵਿਊ ਕੰਪਲੀਟ ਹੋਈ, ਮੈਨੂੰ ਵੀਜ਼ਾ ਆਫਿਸਰ ਕਹਿੰਦੇ ਮਤਲਬ ਕਿ ਕਹਿੰਦੇ ਵੀ ਤੁਸੀਂ ਸਾਰੇ ਡਾਕੂਮੈਂਟ ਲੈ ਜਾਓ ਇੱਥੋਂ ਜੀ। ਉਹਨਾਂ ਦੇ ਸਰ ਟੇਬਲ ਤੇ ਮੇਰਾ ਜੋਬ ਲੈਟਰ ਹੈ ਗਿਆ ਸੀਗਾ ਜੀ, ਮੇਰੀ ਵਾਈਫ ਦਾ ਜੀ, ਤੇ ਉਹ ਰਹਿ ਗਿਆ। ਮਤਲਬ ਕਿ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਉਹ ਜੋਬ ਲੈਟਰ ਹੈ ਗਿਆ ਜੀ, ਇਕੱਲਾ ਉਹ ਵੀ ਦੇ ਦਿਓ ਜੀ। ਮੈਂ ਕਿਹਾ ਬਾਕੀ ਤਾਂ ਮੈਂ ਸਾਰੇ ਪਾ ਲਏ ਸੀ ਡਾਕੂਮੈਂਟ ਸਰ, ਮੈਨੂੰ ਵਾਪਸ ਕਰਤੇ ਸੀ ਉਹਨਾਂ ਨੇ ਜੀ। ਉਹ ਕਹਿੰਦੇ ਨਹੀਂ, ਅਸੀਂ ਇਹ ਰੱਖਣਾ ਹੈ ਜੀ, ਅੱਗੇ ਕਹਿੰਦੇ ਤੁਹਾਨੂੰ ਮੇਲ ਆ ਜੂਗੀ 2-3 ਵੀਕਸ ਦੇ ਵਿੱਚ, ਅੱਗੇ ਕੀ ਕਰਨਾ। ਇੰਨੀ ਗੱਲ ਮੈਂ ਕਹਿ ਕੇ ਜੀ ਮਤਲਬ ਕਿ ਬਾਹਰ ਆ ਜੀ। ਇਸ ਤੋਂ ਪਹਿਲਾਂ ਜਿਹੜੇ ਤੁਸੀਂ, ਤੁਹਾਡੀ ਜਿਹੜੀ ਪੁਰਾਣੀ ਐਪਲੀਕੇਸ਼ਨ, ਉਹਦੇ ਵਿੱਚ ਤੁਸੀਂ ਮੈਡੀਕਲ ਕਰਾ ਰੱਖਿਆ ਸੀ ਸ਼ਾਇਦ, ਮੇਰੇ ਖਿਆਲ? ਨਹੀਂ ਸਰ, ਮੈਡੀਕਲ ਨਹੀਂ ਕਰਵਾਇਆ ਸੀ। ਅੱਛਾ, ਜਿਹੜੀ ਜਿਹੜੀ ਪਹਿਲੀ 3 ਐਪਲੀਕੇਸ਼ਨ ਹੈ, ਪਹਿਲਾਂ ਤੁਸੀਂ ਮੈਡੀਕਲ ਕਦੇ ਵੀ ਨਹੀਂ ਕਰਾਇਆ? ਨਾ ਜੀ। ਠੀਕ ਹੈ। ਸੋ ਫਾਈਨਲੀ ਵੀਜ਼ਾ ਆਫਿਸਰ ਤੁਹਾਨੂੰ ਇਹ ਦੱਸਦਾ ਕਿ ਵੀ ਈਮੇਲ ਆ ਜਾਏਗੀ, ਵਟ ਐਵਰ। ਸੋ ਹੁਣ ਮੇਰੇ ਖਿਆਲ ਤੋਂ ਉਹਨਾਂ ਨੇ ਤੁਹਾਨੂੰ ਮੈਡੀਕਲ ਰਿਕੁਐਸਟ ਭੇਜਤੀ ਹੈ। ਹਾਂਜੀ ਸਰ। ਸੋ ਮੈਡੀਕਲ ਰਿਕੁਐਸਟ ਦਾ ਮਤਲਬ ਤੁਸੀਂ ਜਿੱਥੇ ਮਰਜ਼ੀ ਗੂਗਲ 'ਤੇ ਦੇਖ ਲਓ, ਜਿਹੜੇ ਮਰਜ਼ੀ ਗਰੁੱਪ ਦੇਖ ਲਓ, ਮੈਡੀਕਲ ਰਿਕੁਐਸਟ ਦਾ ਮਤਲਬ ਕਿ ਵੀਜ਼ਾ ਅਸੀਂ ਦੇਣ ਨੂੰ ਤਿਆਰ ਹੈ, ਮੈਡੀਕਲ ਕਰੋ ਅਤੇ ਵੀਜ਼ਾ ਲਓ। ਠੀਕ ਹੈ ਸਰ। ਸੋ ਡੈਟ ਮੀਨਸ ਕਿ ਵੀਜ਼ਾ 'ਤੇ ਤੁਹਾਡੀ ਮਨਜ਼ੂਰੀ ਹੋ ਚੁੱਕੀ ਹੈ, ਮੈਡੀਕਲ ਦਿਓਗੇ, ਮੈਡੀਕਲ ਦਾ ਰਿਜ਼ਲਟ ਅਪਡੇਟ ਹੋਏਗਾ ਅਤੇ ਨਾਲ ਹੀ ਨਾਲ ਤੁਹਾਨੂੰ ਪਾਸਪੋਰਟ ਰਿਕੁਐਸਟ ਆ ਜਾਏਗੀ ਅਤੇ ਦੈਟਸ ਇਟ। ਇਸ ਤੋਂ ਪਹਿਲਾਂ ਆਪਣਾ ਕੋਈ ਕੋਵਿਡ ਜਾਂ ਓਮੀਕ੍ਰੋਨ ਕੁਛ ਆਪਣਾ ਕੋਈ ਕਰਿਸ਼ਮਾ ਦਿਖਾ ਦੇ, ਤੁਸੀਂ ਵੀਜ਼ਾ ਲਗਵਾ ਕੇ ਟਿਕਟਾਂ ਕਟਾ ਕੇ ਪਹੁੰਚ ਜਾਓ ਕੈਨੇਡਾ ਨੂੰ। ਹਾਂਜੀ ਸਰ, ਬਸ ਮੈਂ ਮੈਡੀਕਲ ਅਪਾਇੰਟਮੈਂਟ ਲੈ ਰੱਖੀ ਹੈ ਜੀ। ਜੀ, ਜਲਦੀ ਹੀ ਕਰਵਾ ਕੇ ਬਸ ਜੀ ਜੀ। ਹੋਰ ਕੋਈ ਖਾਸ ਨਿਆ ਜਾਂ ਕੋਈ ਹੋਰ ਕੋਈ ਖਾਸ ਚੀਜ਼ ਜਿਹੜੀ ਤੁਸੀਂ ਸਿੱਖੀ ਹੈ ਇਸ ਪ੍ਰੋਸੈਸ ਤੋਂ, ਇੰਟਰਵਿਊ ਤੋਂ, ਜਿਹੜੀ ਲੋਕਾਂ ਨੂੰ ਪਤਾ ਨਹੀਂ ਹੈ, ਤੁਸੀਂ ਦੱਸਣਾ ਚਾਹੋਗੇ ਕਿਸੇ ਨੂੰ? ਨਹੀਂ ਸਰ, ਮੈਂ ਮਤਲਬ ਕਿ ਇਹ ਚੀਜ਼ ਸਿੱਖੀ ਹੈ ਵੀ ਬੈਟਰ ਹੋਊਗਾ ਵੀ ਆਪਾਂ ਬਿਨਾਂ ਕਿਸੇ ਪ੍ਰਿਪੇਅਰੇਸ਼ਨ ਤੋਂ, ਬਿਨਾਂ ਆਪਾਂ ਤਿਆਰੀ ਕੀਤੀ, ਮਤਲਬ ਕਿ ਆਪਾਂ ਇੰਟਰਵਿਊ ਦੇ ਵਿੱਚ ਜਾਈਏ ਵੀ ਉਹ ਗਲਤੀ ਨਾ ਹੋਵੇ, ਬਿਲਕੁਲ ਵੀ ਨਾ ਕਰੋ ਜੀ। ਜੀ ਜੀ ਹਾਂਜੀ। ਕਈ ਲੋਕ ਇਹ ਸੋਚਦੇ ਆ, ਉਹਨਾਂ ਤੇ ਕੰਸਲਟੈਂਟ ਨੇ ਪੈਸੇ ਸਾਡੇ ਤੋਂ ਵੱਟ ਲਏ, ਸਾਰੇ ਖਾ ਲਏ ਜੀ, ਸਾਰੇ ਪੈਸੇ ਖਰਾਬ ਹੋ ਗਏ ਜੀ, ਵੀਜ਼ਾ ਐਪਲੀਕੇਸ਼ਨ ਕਰੋ, ਆਹ ਫਲਾਣਾ ਕਰੋ, ਹੁਣ ਇੰਟਰਵਿਊ ਕੋਚਿੰਗ ਲਈ ਵੀ ਪੈਸੇ ਖਰਚਣੇ, ਕਾਹਦੇ ਲਈ ਪੈਸੇ ਖਰਚਣੇ, ਦੇਖੀ ਜਾਏਗੀ। ਮੇਰਾ ਖਿਆਲ ਹੈ ਕਿ ਫਿਰ ਵੀਜ਼ਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਪਤਾ ਕੀ ਹੈ ਸਰ, ਹੁਣ ਜੇ ਆਪਾਂ ਥੋੜੀ ਬਹੁਤ ਮਤਲਬ ਕਿ ਜੇ ਸੋਚ ਲੈਂਦੇ ਵੀ ਪੈਸਾ ਲੱਗੂਗਾ ਆਪਾਂ ਤਿਆਰੀ ਕਰਨੀ ਹੈ, ਫਿਰ ਸਰ ਮਤਲਬ ਕਿ ਦੁਬਾਰਾ ਫਾਈਲ ਜਦੋਂ ਆਪਾਂ ਲਾਂਗੇ ਉਹ ਤੇ ਕਿੰਨਾ ਖਰਚਾ ਹੁੰਦਾ ਆਪਣਾ, ਨਾਲੇ ਰਿਫਿਊਜ਼ਲ ਆਈ ਜਾਂਦੀ ਆਪਣੀ, ਖਰਾਬ ਹੋ ਜਾਂਦਾ ਸਾਰਾ ਕੰਮ ਜੀ। ਹਾਂਜੀ ਹਾਂਜੀ, ਸਹੀ ਪਾਸੇ ਮੇਰੇ ਹਿਸਾਬ ਨਾਲ ਸਹੀ ਪਾਸੇ ਪੈਸਾ ਲਾਉਣ ਦੇ ਵਿੱਚ ਆਪਾਂ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਜੀ। ਜੀ 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 ਪੈਸਾ ਤੇ ਲੱਗਣਾ ਹੈ, ਮਿੰਟ ਮਿੰਟ ਦੇ ਇੱਥੇ ਕੜੀ ਕੜੀ ਪੈਸਾ ਲੱਗਣਾ, ਕਿਉਂਕਿ ਕੈਨੇਡਾ ਦਾ ਵੀਜ਼ਾ ਹੈਗਾ, ਫਿਰ ਟਿਕਟਾਂ ਕਰਾਓਗੇ, ਟਿਕਟਾਂ ਵੀ ਮਹਿੰਗੀ ਅੱਜ ਕੱਲ੍ਹ ਚੱਲ ਰਹੀ, ਲੱਖ ਰੁਪਏ ਦੀ ਟਿਕਟ ਆਏਗੀ ਆਉਣ ਜਾਣ ਦੀ, ਇਹਨਾਂ ਟਿਕਟ ਤੇ ਉੱਥੇ ਵੀ ਲੱਗਣੀ ਹੈ, ਕੈਨੇਡਾ ਵੀ ਤੁਸੀਂ ਪੈਸੇ ਲੈ ਕੇ ਆਓਗੇ, ਹੁਣ ਜਾਣਾ ਹੈ ਕੈਨੇਡਾ ਤਾਂ ਪੈਸਾ ਤਾਂ ਲੱਗਣਾ ਹੀ ਲੱਗਣਾ ਹੈ ਫੋਰ ਸ਼ੋਰ। ਇੰਨੇ ਪੈਸੇ 3-4
तीन चार जिहड़े तुसीं एप्लीकेशन कराई, तीन एप्लीकेशन जिहड़ी कराई पहले, उहदे विच कितना पैसा खर्च हो गया? ਉਹਦੇ ਵੀ ਸਰ ਮਤਲਬ ਕਿ ਦਿੱਤਾ ਸੀ ਨੇ ਦੋ ਦੋ 1500 2000 ਡਾਲਰ ਜੀ ਇੱਕ ਵਾਰ ਦਾ। $1500 ਪਰ ਐਪਲੀਕੇਸ਼ਨ? ਹਾਂਜੀ ਹਾਂ, ਪਰ ਐਪਲੀਕੇਸ਼ਨ ਮਤਲਬ ਕਿ $4,500 ਉੱਥੇ ਖਰਚ ਹੋ ਗਿਆ। ਹਾਂਜੀ ਹਾਂਜੀ ਜੀ 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 ਵਾਹ ਵਾਹ। ਉਹਨਾਂ ਨੇ ਉਹਨਾਂ ਨੇ ਕੰਸਲਟੈਂਟਾਂ ਨੇ ਜਿਹਨੇ ਜਿਹਨਾਂ ਵੀ ਨਾਮ ਨਹੀਂ ਦੇਣਾ ਕਿਸੇ ਦਾ, ਜਦ ਉਹ ਵੀਜ਼ਾ ਰਿਫਿਊਜ਼ ਹੋ ਗਿਆ, ਉਹਨਾਂ ਨੇ ਤੁਹਾਨੂੰ ਇਹ ਆਫਰ ਕੀਤਾ ਕਿ ਵੀ ਅਸੀਂ ਇਸ ਚੀਜ਼ ਨੂੰ अपील करांगे या सुधार करके दोबारा इंप्रूव करांगे करांगे, कुछ इस तरह की गलबात उन्होंने दसी कुछ? सर पहली जो मैं सर पहली माइक्रोफोन माइक्रोफोन दूर हाँ जी हाँ जी हाँ जी हाँ जी सर मैं क्या जितो हाँ जी सर मैं क्या जितो मैं फर्स्ट टाइम और एंड सेकंड टाइम में लगाई सी उन्होंने तो बिल्कुल गल ही नहीं की थी। उस तो बाद साडे नाल कोई बड़ा चंगे ढंग नाल जी मतलब के जी 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 वो भी वो भी वो भी लॉयर कैनेडा बेस्ड लॉयर ने। हाँ जी हाँ जी हाँ जी जी। ते दूसरा दूसरा लॉयर भी कनाडा बेस्ड लॉयर? हाँ जी हाँ जी हाँ जी। ते तीसरा भी? हाँ जी हाँ जी। सारे तुसी लॉयर नु छान लिया, सारे सारे लॉयर नु देख लिया कि हाँ जी हाँ जी गल देखनी हुई? हाँ जी हाँ जी हाँ जी। अनबिलीवेबल अनबिलीवेबल। ते तुहाडे वाइफ केड़ी जगह है? टोरंटो वाला केड़े केड़े शहर है? ये सर अंटारियो च नहीं जी, अंटारियो च अपना किचनर शहर है जी उत्ते। जी 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 ਓਨਟਾਰੀਓ ਓਨਟਾਰੀਓ ਬ੍ਰਿਟਿਸ਼ ਕੋਲੰਬੀਆ ਟੋਰਾਂਟੋ ਏਰੀਆ ਉਧਰ ਤੇ ਆਪਣਾ ਵੈਨਕੂਵਰ ਇਸ ਸਾਈਡ ਇੱਥੇ ਤੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਕੰਸਲਟੈਂਟ ਦੀ ਮੰਡੀ ਹੈ। ਐਟਲੀਸਟ ਮੈਂ ਸਮਝਦਾ ਉੱਥੇ 200-300 ਇਮੀਗ੍ਰੇਸ਼ਨ ਕੰਸਲਟੈਂਟ ਬੈਠਾ ਹੈ ਹਰ ਇੱਕ ਸ਼ਹਿਰ ਮਿਨੀਮਮ ਮੇ ਬੀ ਮੋਰ। ਇਮੀਗ੍ਰੇਸ਼ਨ ਦੀ ਮਤਲਬ ਜਿਵੇਂ ਤੁਸੀਂ ਮੈਂ ਦੇਖਿਆ ਉੱਥੇ ਜਲੰਧਰ ਦਾ ਜਿਹੜਾ ਬੱਸ ਅੱਡੇ ਕੋਲ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਮੰਡੀ ਹੈ ਨਾ, ਤੇ ਉਸੇ ਉਸੇ ਤਰ੍ਹਾਂ ਇਮੀਗ੍ਰੇਸ਼ਨ ਕੰਸਲਟੈਂਟ ਇੱਥੇ ਵੀ ਬਹੁਤ ਹਨ। ਲੇਕਿਨ ਦਿਸ ਇਜ਼ ਅ ਟਿਪੀਕਲ ਮਤਲਬ ਕਿ ਐਕਸਪੀਰੀਅੰਸ ਜਿਹੜਾ ਤੁਸੀਂ ਦੱਸਿਆ ਕਿ ਇੱਕ ਵਾਰ ਕੰਸਲਟੈਂਟ ਤੋਂ ਫਾਈਲ ਰਿਫਿਊਜ਼ ਹੋ ਜਾਂਦੀ ਹੈ, ਉਹਦੇ ਬਾਅਦ ਤੁਹਾਡੀ ਬਾਹ ਨਹੀਂ ਫੜਦੇ ਹੋ। ਹਾਂਜੀ ਉਹਦੇ ਬਾਅਦ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਦੇਖ ਲਓ ਜੋ ਕਰਨਾ ਕਿਵੇਂ ਕਰਨਾ ਕਿਸ ਤਰ੍ਹਾਂ ਦੇ ਆਪਣਾ ਟਰਾਈ ਕਰ ਲਓ। ਐਂਡ ਦਿਸ ਇਜ਼ ਵੈਰੀ ਅਨਫੋਰਚੁਨੇਟ ਕਿਉਂਕਿ $1500 ਉਹ ਵੀ ਗਏ ਪਲੱਸ ਐਪਲੀਕੇਸ਼ਨ ਫੀਸ ਪਲੱਸ ਟਾਈਮ, ਜਿਹੜਾ ਟਾਈਮ ਚਲਾ ਗਿਆ ਰਿਫਿਊਜ਼ ਹੋਣ ਦਾ ਉਹਦਾ ਉਹਦਾ ਕੌਣ ਮਤਲਬ ਉਹਦਾ ਕੌਣ ਜਿੰਮਾ ਲਏਗਾ? ਸੋ ਅਨਫੋਰਚੁਨੇਟ ਐਸ ਵਟ ਇਜ਼। ਪਰ ਐਨੀਵੇ ਮੇਰੀ ਤੁਹਾਨੂੰ ਬਹੁਤ ਬਹੁਤ ਵਧਾਈ ਅਤੇ ਤੁਹਾਨੂੰ ਬੈਸਟ ਵਿਸ਼ਸ ਕਿ ਤੁਸੀਂ ਇੰਟਰਵਿਊ ਕਰਕੇ ਆਏ ਹੋ ਅਤੇ ਬਹੁਤ ਹੀ ਛੇਤੀ ਮਤਲਬ ਕਿ ਤੁਹਾਡਾ ਮੈਡੀਕਲ ਪੂਰਾ ਹੋਣ ਦੇ ਬਾਅਦ ਆਈ ਵੁੱਡ ਸੇ ਵਿਦਇਨ 1 month ਤੁਸੀਂ ਮੇਰੇ ਖਿਆਲ ਹੈ ਕਿ ਤੁਹਾਡਾ ਤੁਹਾਡੇ ਕੋਲ ਵੀਜ਼ਾ ਹੋਏਗਾ, ਤੁਸੀਂ ਟਿਕਟ ਬੁੱਕ ਕਰਕੇ ਯੂ ਸ਼ੁੱਡ ਬੀ ਅਨਲੈਸ ਕਿ ਕੋਈ ਇਹ ਲੋਕਡਾਊਨ ਵਾਲਾ ਕੁਛ ਨਾ ਇਸ ਤਰ੍ਹਾਂ ਨਾ ਹੋ ਜਾਏ। ਸੋ ਆਪਣਾ ਤੁਸੀਂ ਆਪਣੀ ਤਿਆਰੀ ਕਰੋ। ਸੋ ਥੈਂਕ ਯੂ ਵੈਰੀ ਮੱਚ। ਅਤੇ ਬਾਕੀ ਆਈ ਹੋਪ ਕਿ ਤੁਹਾਡੇ ਨਾਲ ਕਦੇ ਮੇਲ ਹੋਏਗੀ, ਮੀਟਿੰਗ ਹੋਏਗੀ ਟੋਰਾਂਟੋ ਏਰੀਆ ਜਿੱਥੇ ਵੀ ਤੁਸੀਂ ਉਟਾਰੀ ਹੋ ਰਹੇ ਹੋ। ਹਾਂਜੀ ਸਰ ਜ਼ਰੂਰ ਜੀ ਜ਼ਰੂਰ ਸਰ। ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਜੀ ਮਤਲਬ ਕਿ ਮੇਰੇ ਡੈਡੀ ਜੀ ਤੁਹਾਨੂੰ 2 ਸਾਲਾਂ ਤੋਂ ਫੋਲੋ ਕਰ ਰਹੇ ਨੇ ਜੀ। ਜੀ ਜੀ ਓਕੇ ਅੱਛਾ 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 ਹਾਂਜੀ ਬਹੁਤ ਜ਼ਿਆਦਾ ਫੈਨ ਨੇ ਤੁਹਾਡੇ ਜੀ, ਉਹ ਬਹੁਤ ਜ਼ਿਆਦਾ ਤੁਹਾਡੀ ਮਤਲਬ ਲਗਭਗ ਹਰ ਇੱਕ ਵੀਡੀਓ ਉਹਨਾਂ ਨੇ ਦੇਖਣੀ ਹੀ ਦੇਖਣੀ ਹੈ ਜੀ। ਮੈਨੂੰ ਵੀ ਕਹਿੰਦੇ ਹੁੰਦੇ ਸਾਰਾ ਆਪਾਂ ਆਪਣਾ ਮਰਿਓ ਸਰ ਤੋਂ ਆਪਾਂ ਫਾਈਲ ਲਵਾਉਣੀ ਸੀ ਤੇਰੀ, ਮੇਰੇ ਨਾਲ ਵੀ ਘਰੇ ਉਹਨਾਂ ਦੀ ਕਿੰਤੂ ਪਰੰਤੂ ਹੁੰਦੀ ਰਹਿੰਦੀ ਸੀ ਜੀ। ਅੱਛਾ 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 ਹਾਂਜੀ ਕੀ ਕਰਦੇ ਆ, ਕੀ ਉਹਨਾਂ ਦਾ ਉਹ ਕਰਦੇ ਆ, ਉਹ ਵੀ ਫਾਰਮਿੰਗ ਕਰਦੇ ਆ ਕੁਝ ਹੋਰ ਕਰਦੇ ਆ ਰਿਟਾਇਰ? ਹਾਂਜੀ ਹਾਂਜੀ ਅੰਨਾ ਜੀ ਜੈਸਾ ਐਗਰੀਕਲਚਰ ਹੀ ਹੈ ਜੀ ਉਹਨਾਂ ਦੀ। ਅੱਛਾ ਅੱਛਾ ਉਹਨਾਂ ਨੂੰ ਕਿਵੇਂ ਇੰਟਰਸਟ ਆ ਗਿਆ ਇਮੀਗ੍ਰੇਸ਼ਨ ਦੀ ਵੀਡੀਓ ਦੇਖਣ ਦਾ? ਸਰ ਉਹ ਤਾਂ ਪਹਿਲਾਂ ਤੁਸੀਂ ਦੇਖ ਰਹੇ ਨੇ, ਤੁਹਾਡੇ 2-3 ਸਾਲ ਹੋ ਗਏ ਉਹਨਾਂ ਨੂੰ ਵੀਡੀਓ ਵਗੈਰਾ ਦੇਖਦੇ ਨੂੰ ਜੀ, ਪਹਿਲਾਂ ਤੁਸੀਂ ਤੁਹਾਨੂੰ ਫੋਲੋ। ਹਾਂਜੀ ਹਾਂਜੀ ਤੇ ਪਹਿਲਾਂ ਸਰ ਤੁਹਾਡਾ ਨੰਬਰ ਉਹਨਾਂ ਕੋਲ ਪਹਿਲਾਂ ਸੀਗਾ, ਉਹਨਾਂ ਨੇ ਹੀ ਮੈਨੂੰ ਤਾਂ ਹਾਂਜੀ ਪਤਾ ਨਹੀਂ ਉਹਨਾਂ ਨੇ ਨੈਟ ਤੋਂ ਪਤਾ ਨਹੀਂ ਕਿੱਥੋਂ ਲਿਖਤਾ ਕਿੱਥੋਂ ਨਾ ਜੀ, ਮਤਲਬ ਕਿ ਤੁਹਾਡਾ ਨੰਬਰ ਵੀ ਮੈਨੂੰ ਉਹਨਾਂ ਨੇ ਖੁਦ ਦਿੱਤਾ ਜੀ। ਥੈਂਕ ਯੂ। ਹਾਂਜੀ ਹਾਂਜੀ ਤੇ ਇੰਟਰਵਿਊ ਵਾਸਤੇ ਕਹਿੰਦੇ ਪਹਿਲਾਂ ਮਤਲਬ ਕਿ ਉਹਨਾਂ ਦੀ ਜਿਵੇਂ ਆਪਾਂ ਕਹਿ ਲਓ ਸਰ ਮੇਰੀ ਫਾਈਲ ਲੱਗਣ ਜੀ 2 ਸਾਲ ਹੋ ਗਏ ਸੀ ਤਕਰੀਬਨ ਜੀ। ਜੀ ਮੈਨੂੰ ਕਹੇ ਜਾਂਦੇ ਆਪਾਂ ਤਾਂ ਅਮਰਜੋਤ ਸਰ ਤੋਂ ਲਵਾਉਣੀ ਸੀ ਫਾਈਲ, ਇੱਦਾਂ ਤਾਂ ਮੈਨੂੰ ਤੁਹਾਡੀਆਂ ਵੀਡੀਓ ਸੁਣਾਉਂਦੇ ਇੰਟਰਵਿਊ ਵਾਲੇ ਜਿਹੜੇ ਆਪਾਂ ਮਤਲਬ ਕਿ ਵੀਡੀਓ ਸੁਣਦੇ ਆ ਤੁਹਾਡੀਆਂ ਪਾਈਆਂ ਹੁੰਦੇ ਨੇ ਸਰ, ਉਹ ਵੀ ਮੈਨੂੰ ਸੁਣਾਉਂਦੇ ਮਤਲਬ ਕਿ ਉਹਨਾਂ ਦੀ ਮਨ ਦੀ ਦਿਲ ਦੀ ਤਮੰਨੀ ਇਹ ਸੀ ਵੀ ਮੇਰੀ ਫਾਈਲ ਦੇ ਵਿੱਚ ਤੁਹਾਡਾ ਥੋੜਾ ਬਹੁਤ ਯੋਗਦਾਨ ਹੋਵੇ। ਚਲੋ ਹੁਣ ਇੰਟਰਵਿਊ ਦੇ ਜ਼ਰੀਏ ਪੈ ਗਿਆ ਸਰ। ਬਹੁਤ 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 ਮੇਰੇ ਵੱਲੋਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜ਼ਰੂਰ ਜ਼ਰੂਰ ਬੁਲਾਓ ਅਤੇ ਬਹੁਤ ਬਹੁਤ ਖੁਸ਼ੀ ਹੈ ਅਤੇ ਦਿਲੋਂ ਮੈਂ ਉਹਨਾਂ ਨੂੰ ਥੈਂਕ ਯੂ ਕਹਿਣਾ ਕਿ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਕਿ ਵੀ ਅਸੀਂ ਕੁਛ ਕਰ ਸਕਦੇ ਹਾਂ ਉਹਨਾਂ ਲਈ ਉਹਨਾਂ ਦੀ ਫੈਮਿਲੀ ਤੁਹਾਡੇ ਲਈ। ਅਤੇ ਕਦੀ ਕਦੀ ਸੰਯੋਗ ਹੋਇਆ ਮੈਂ ਆਉਣਾ ਵੀ ਹੈ ਐਕਚੁਲੀ, ਸ਼ਾਇਦ
जनवरी या फरवरी टाइम में पंजाब में आना है, मेरी फेरी है एक, जी अनलेस ये कोविड वाला कुछ ना हो जाए. सो हो सकता कि मेरी डेफिनेटली अगर मीटिंग यू नो डेफिनेटली आई लाइक टू सी हिम, तो वो करांगे. बाकी मतलब मेरे को मसाला तो बहुत है इमीग्रेशन का. जिस तरह कोई भी केस है, हर एक का केस प्राइवेट होता है. जिवें तुहाडा केस है प्राइवेट है, तुसीं नहीं चाहोगे कि भी तुहाडी प्राइवेसी, तुहाडी फैमिली इनफॉर्मेशन या किस तरह तुहाडी जिहड़ी एप्लीकेशन विच की कुछ लिखा है, ये सारी दुनिया नूं पता चले. अदरवाइज मैं तो चाहना कि भाई किसी नाल डिस्कशन करके उस एप्लीकेशन दे जिहड़े बारीकी नाल उहनूं एनालाइज किया जाए पब्लिकली, जिस तरह के लोगों को पता लगे. लेकिन लोगों को मतलब आई अंडरस्टैंड, जस्ट लाइक यू, कोई क्लाइंट नू ये होंगे कि भी असी अपनी इन्फॉर्मेशन सारी दुनिया नू जनतक नहीं करनी. सो इस करके मेरी लिमिटेशन है कि मैं हर एक केस नू डिस्कस नहीं कर सकता यूट्यूब ते पब्लिकली. अदरवाइज मेरे को ते डिस्कस करने बहुत कुछ है, मतलब बहुत मेरे को एप्लीकेशंस हैं, पुराने लोगों के इंटरव्यू हैं, वो क्यों रिफ्यूज़ होया, वो की पूछा गया, तुसी जवाब की दिता, फलाना की गलती हुई है, इस तरह करके मेरे को काफ़ी एग्जाम्पल्स हैं. मेरी तो मनसा है कि मैं उन्होंने पब्लिकली डिस्कस करा, पर जे क्लाइंट मतलब क्लाइंट प्राइवेसी करके अपन नहीं कर सकते अनफॉर्चुनेटली. सो जिन्ना जिन्ना इस चीज़ को असी एप्लीकेशन डिस्कस करांगे, उन्नी एक जागरूकता इन्फॉर्मेशन लोगों ने स्प्रेड होएगी कि लोगों को पता चलेगा कि भी ये है कि है. जिवें स्पाउस वीजा जिस तरह आजकल बहुत आ रहे हैं, आजकल पिछले एक महीने तो काफ़ी काफ़ी इनविटेशन लेटर इशू हो ही जा रहे हैं. 90% कंसल्टेंट, 90% तो ज़्यादा कंसल्टेंट, भावें वो कैनेडा विच बैठा है या पंजाब है या गुजरात है, हैदराबाद है, जिहड़ी मर्जी कंट्री च बैठा है, उन्होंने इस चीज़ का शायद उन्होंने बड़ा लाइटली वो लेंदे हैं कि भी इंटरव्यू ही है, ये है कि है कुछ भी नहीं है. तो इस करके वो इस चीज़ में जब वो अपना फोकस नहीं करते तो उन्होंने क्लाइंट फेल हो, जिस तरह तुम देखा कि फेल मतलब कि विदाउट प्रैक्टिस फेल होना ही होना है. सो इस चीज़ को लाइटली लेंदे हैं, पर साडा सी मतलब साढ़े को जिस वेल्ले काफ़ी मतलब बैकलॉग है इस वक्त इंटरव्यू दे रहे, कोचिंग दे भी मेरे को बैकलॉग बहुत है, जिस तरह तुहाडा जिहड़ा इंटरव्यू होया. सो हौली हौली कर रहे हैं, एंड वी आर गोइंग वन क्लाइंट एट अ टाइम. सो संजोग है, परमात्मा का वाहिगुरु का शुक्र है कि संजोग है, इस तरह के क्लाइंट मिल रहे हैं जिहड़े सीखने को तैयार हैं, जिहड़े तैयारी करके जा रहे हैं, जिहड़े अपने वीज़ा फतेह करके आ रहे हैं. सो ये तुहाडी किस्मत है, साडी किस्मत है, ते बाकी सुखमन वीर दी कंट्रीब्यूशन है. हाँ जी हाँ जी सर, उन्होंने बहुत ज्यादा धन्यवाद। उन्होंने उन्होंने सर मतलब कि प्रैक्टिस करवाने का जी मतलब कि तरीके वाला वक्रा जी। वो गुरु गुरु आदमी है, मास्टर आदमी है, वो मास्टर है. सो जी आई 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 हैव ग्रेट कॉन्फिडेंस एंड ट्रस्ट इन हिम. सो ही इज अ गुड वो मतलब उस चीज़ का वो है, एनालिस्ट है वो है. हाँ जी. हाँ जी हाँ जी सो थैंक यू, थैंक यू वेरी मच हरविंदर सिंह. ते एट द लास्ट तुहानू फिर वधाइयां, मेरी बेस्ट विशेज तुहानू, ते बहुत बहुत तुहानू मुबारक हो वीज़ा, ते अपने फादर नू भी मेरे वालों सत श्रीकाल कहना. जी। थैंक यू सर, थैंक यू सर, ठीक है, सत श्रीकाल, श्रीकाल सर। श्रीकाल.